ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਜਾਬ ਦੇ ਵਿੱਚ ਬਹੁਤਾਤ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਭੇਡਾਂ ਕਿਹਾ ਜਾਂਦਾ ਹੈ, ਅਤੇ ਇਹਨਾਂ ਭੇਡਾਂ ਦੀ ਸੋਚ, ਕਿਰਦਾਰ ਜਾਂ ਨਜ਼ਰੀਆ ਕਿੰਨਾ ਕੁ ਵਧੀਆ ਹੈ। ਜਦੋਂ ਤੁਸੀਂ ਇਹਨਾਂ ਦੀ ਬੋਲਬਾਣੀ ਵੇਖੋਗੇ ਉਦੋਂ ਤੁਹਾਨੂੰ ਅੰਦਾਜ਼ਾ ਹੋਜੂ ਕਿ ਇਹ ਭੇਡਾਂ ਜਿਹੜੀਆਂ ਨੇ ਇਹ ਸਿੱਖ ਬਾਣੀ ਵਿੱਚ ਵੀ ਹੈਗੀਆਂ ਨੇ, ਜਿਨ੍ਹਾਂ ਦੇ ਗੋਲ ਦਸਤਾਰਾਂ। ਜ਼ਿਆਦਾ ਤੌਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇਹ ਭੇਡਾਂ ਕਾਪੀ ਕਰਦੀਆਂ ਨੇ। ਜੇ ਤੁਸੀਂ ਸੰਵਿਧਾਨ ਦੀ ਗੱਲ ਕਰੋਗੇ, ਇਹ ਗੱਲ ਬੜੀ ਕੌੜੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਵੀ ਸੰਵਿਧਾਨ ਤੋਂ ਕੋਹਾਂ ਦੂਰ ਸੀ, ਇਹ 'ਚ ਕੋਈ ਸ਼ੱਕ ਨਹੀਂ। ਜਿੰਨੀ ਸੰਵਿਧਾਨ ਦੇ ਨਾਲ ਉਸ ਬੰਦੇ ਨੇ ਏਰਫੇਰ ਕੀਤੀ ਹੈ, ਅਤੇ ਉਹਦਾ ਖਮਿਆਜ਼ਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਪਹਿਲੀ ਗੱਲ ਤਾਂ ਉਸ ਬੰਦੇ ਨੇ ਅਕਾਲ ਤਖ਼ਤ ਨੂੰ ਤਰਜੀਹ ਦਿੱਤੀ ਨਹੀਂ। ਦੂਜੀ ਗੱਲ, ਮਰਿਆਦਾ ਜਿਹੜੀ ਹੈ ਉਹ ਆਪਣੀ ਬਣਾਈ, ਜਿਹੜੇ ਟਕਸਾਲੀ ਕਹਿੰਦੇ ਆ, ਅਤੇ ਉਹਦੇ ਵਿੱਚ ਜੇ ਤੁਸੀਂ ਲੌਜਿਕ ਕੋਈ ਦੇਖੋਗੇ, ਸੈਂਟੀਫਿਕ ਗੁਰਬਾਣੀ ਦੀ ਵਿਚਾਰਧਾਰਾ ਨੂੰ ਵੇਖੋਗੇ, ਬਿਲਕੁਲ ਤੁਹਾਨੂੰ ਨਜ਼ਰ ਨਹੀਂ ਆਉਂਦਾ। ਆ ਜਿਹੜਾ ਪਿੱਛੇ ਜੇ ਟਰੈਂਡ ਚੱਲਿਆ ਸੰਤਾਂ ਦੀ ਤਸਵੀਰ ਡਰਾ ਆਵੇ ਵੈਰੀ ਨੂੰ, ਇਹੋ ਜਿਹੇ ਗਾਣੇ ਕੱਢੇ ਗਏ, ਬੜਾ ਕੁਝ ਹੋਇਆ। ਅਤੇ ਦੂਜੀ ਗੱਲ, ਜਿਹੜੇ ਸਾਡੇ ਪੰਜਾਬ ਦੇ ਵਿੱਚ ਚੋਲਿਆਂ ਵਾਲੇ ਬਾਬੇ ਨੇ, ਅਤੇ ਇਹ ਚੋਲਿਆਂ ਵਾਲੇ ਬਾਬੇ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੂੰ ਇਲ ਤੋਂ ਕੁੱਕੜ ਨਹੀਂ ਆਉਂਦਾ, ਜਾਣੀ ਕਿ ਅਨਪੜ੍ਹ ਲਾਉਣਾ। ਜੇ ਤੁਸੀਂ ਗੁਰਬਾਣੀ ਦੀ ਵਿਚਾਰਧਾਰਾ ਦੀ ਗੱਲ ਕਰੋਗੇ, ਇਹ ਬਿਲਕੁਲ ਕੋਰੇ ਅਨਪੜ੍ਹ ਨੇ, ਕੋਈ ਦਲੀਲ ਨਹੀਂ, ਅਤੇ ਨਾ ਤੁਹਾਡੇ ਨਾਲ ਇਹ ਕੋਈ ਸਹਿਜ ਦੇ ਨਾਲ ਗੱਲ ਕਰਨ। ਬਸ ਇਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਹੈ, ਅਸੀਂ ਤਾਂ ਸ਼ਹੀਦੀਆਂ ਪਾ ਦਿਆਂਗੇ, ਅਸੀਂ ਤਾਂ ਕੌਮ ਲਈ ਮਰ ਜਾਵਾਂਗੇ, ਅਸੀਂ ਤਾਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗੇ। ਅਤੇ ਜਦੋਂ ਕਿਤੇ ਹਕੂਮਤ ਦੇ ਨਾਲ ਪੇਚਾ ਪੈਂਦਾ, ਫਿਰ ਕਹਿਣਗੇ ਹਕੂਮਤ ਧੱਕਾ ਕਰਦੀ ਹੈ। ਆ ਜਿਹੜਾ ਤਾਣਾ ਬਾਣਾ ਭਾਵੇਂ ਸੰਤ ਜਰਨੈਲ ਸਿੰਘ ਨੇ ਬੁਣਿਆ ਸੀ, ਅਤੇ ਹਾਲਾਂਕਿ ਉਹਦੇ ਪਿੱਛੇ ਕੋਈ ਹੋਰ ਹੈ, ਅਤੇ ਉਦੋਂ ਬਾਅਦ ਅੱਤਵਾਦ ਆਉਂਦਾ, ਫਿਰ ਨਾਲ ਸਿਮਰਜੀਤ ਮਾਨ ਵਰਗੀਆਂ ਖੱਚਾਂ ਨੇ, ਫਿਰ ਇਹ ਦੀਪ ਸਿੱਧੂ ਨੂੰ ਲੈ ਕੇ ਆਉਂਦੇ ਨੇ, ਕੌਮੀ ਸ਼ਹੀਦ ਬਣਾ ਤਾ, ਅਤੇ ਜਦੋਂ ਕੌਮੀ ਸ਼ਹੀਦ ਦਾ ਐਕਸੀਡੈਂਟ ਹੋ ਗਿਆ, ਅਤੇ ਫਿਰ ਜਿਹੜਾ ਅੰਮ੍ਰਿਤਪਾਲ ਹੁਣ ਇਲੈਕਸ਼ਨ ਲੜ ਰਿਹਾ, ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ, ਫਿਰ ਇਹਨੂੰ ਕੌਮ ਦਾ ਜਰਨੈਲ ਬਣਾ ਕੇ ਕੌਮ ਦੇ ਸਿਰ 'ਤੇ ਬਹਾਉਣ ਦੀ ਗੱਲ ਕੀਤੀ। ਅਤੇ ਜਿੰਨਾ ਨਸ਼ੇੜੀ ਯੂਥ ਹੈ, ਇਹ ਦੁੱਖ ਹੈ ਇਸ ਗੱਲ ਦਾ, ਨਸ਼ੇੜੀ ਮੰਡੀਰ ਹੈਗੀ ਆ, ਉਹ ਸਾਰੀ ਅੰਮ੍ਰਿਤਪਾਲ ਦੇ ਪਿੱਛੇ ਸੀ। ਮੈਂ ਕੱਲ੍ਹ ਵੀ ਇੱਕ ਵੀਡੀਓ ਪਾਈ ਸੀ, ਪਰ ਜਦੋਂ ਤੁਸੀਂ ਸਿਧਾਂਤਕ ਤੌਰ 'ਤੇ ਗੱਲ ਕਰੋਗੇ ਤਾਂ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਉਹ ਨਜ਼ਰ ਨਹੀਂ ਆਉਂਦਾ ਜਿਹੜਾ ਤੁਹਾਡੇ ਨਾਲ ਦਲੀਲ ਦੇ ਨਾਲ ਗੱਲ ਕਰ ਲਵੇ। ਇੱਥੇ ਕਾਨੂੰਨ ਬਣਿਆ ਹੋਇਆ, ਸੰਵਿਧਾਨ ਬਣਿਆ ਹੋਇਆ,
ਅਤੇ ਇੱਕ ਵੀ ਬੰਦਾ ਨਹੀਂ ਜਿਹੜਾ ਕੋਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰੇ। ਖਾਸ ਕਰਕੇ ਇਹਨਾਂ ਕਤੀੜਾਂ ਨੂੰ ਚਮਲਾਉਣ ਵਾਲੇ, ਸਿਰ 'ਤੇ ਢਾਉਣ ਵਾਲੇ ਜਿਹੜੇ ਆ ਖਾਰੇ ਵਕੀਲ ਵਰਗੇ ਨੇ, ਅਤੇ ਅਕਲ ਇਹਨਾਂ ਨੂੰ ਵੀ ਹੈ ਨਹੀਂ। ਮੈਂ ਅੱਜ ਇਹ ਗੱਲ ਤਾਂ ਕਰਨੀ ਪਈ, ਇੱਕ ਪਾਸੇ ਤਾਂ ਖਾਰਾ ਕਹਿੰਦਾ ਉਹ ਬਾਹਰ ਆ ਸਕਦਾ, ਦੂਜੇ ਪਾਸੇ ਕਹਿੰਦਾ ਨਹੀਂ, ਜ਼ਰੂਰੀ ਨਹੀਂ ਵੀ ਬਾਹਰ ਆ ਸਕੇ। ਜਾਣੀ ਕਿ ਇਹਨਾਂ ਨੇ ਕਾਨੂੰਨ ਦਾ ਸਹਾਰਾ ਪਹਿਲਾਂ ਲਿਆ ਨਹੀਂ, ਅਤੇ ਹੁਣ ਕਾਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਵਿੱਚ ਨੇ। ਮੈਂ ਜਿਹੜੀ ਅੱਜ ਗੱਲਬਾਤ ਤੁਹਾਡੇ ਨਾਲ ਕੀਤੀ ਹੈ ਨਾ, ਇਹਦਾ ਮਤਲਬ ਇਹ ਹੈਗਾ ਵੀ ਸਾਡੇ ਪੰਜਾਬ ਦੇ ਵਿੱਚ ਸਿੱਖ ਬਾਣੇ ਵਿੱਚ ਉਹ ਭੇਡਾਂ ਹੈਗੀਆਂ ਨੇ ਜਿਨ੍ਹਾਂ ਦਾ ਸੰਵਿਧਾਨ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ, ਇਤਿਹਾਸ ਦੇ ਨਾਲ ਕੋਈ ਮਤਲਬ ਨਹੀਂ। ਬਸ ਇਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਇਤਿਹਾਸ ਨੂੰ ਤੋੜ ਮਰੋੜ ਕਰ ਲੈਣਾ, ਅਤੇ ਆਪਣੀ ਮਰਜ਼ੀ ਮੁਤਾਬਕ ਬਾਣੀ ਦੇ ਦੋ ਸ਼ਬਦ ਲੈ ਕੇ, ਦੋ ਤੁਕਾਂ ਲੈ ਕੇ ਉਹਨੂੰ ਆਪਣੇ ਅਰਥਾਂ ਮੁਤਾਬਕ, ਆਪਣੇ ਮੁਤਾਬਕ ਅਰਥ ਕਰ ਲੈਣੇ। ਅਤੇ ਜੇ ਤੁਸੀਂ ਸਮਾਜ ਦੀ ਗੱਲ ਕਰੋਗੇ ਸੁਧਾਰਨ ਦੀ, ਤਾਂ ਫਿਰ ਕਹਿਣਗੇ ਅੰਮ੍ਰਿਤਪਾਲ ਤੋਂ ਬਿਨਾਂ ਨਸ਼ਾ ਕਿਵੇਂ ਖਤਮ ਹੋ। ਜਾਣੀ ਕਿ ਉਹ ਅੰਮ੍ਰਿਤਪਾਲ ਨੇ ਕਿਹੜਾ ਇਹੋ ਜਿਹਾ ਕੰਮ ਕੀਤਾ ਜਿਹਦੇ ਨਾਲ ਪੰਜਾਬ ਦਾ ਨੌਜਵਾਨ ਸੁਧਰ ਜਾਓ। ਅਤੇ ਇਹਨਾਂ ਦਾ ਇੱਕ ਜਿਹੜਾ ਮਨਸੂਬਾ ਸੀ ਮਸ਼ਹੂਰ ਹੋਣ ਵਾਸਤੇ, ਉਹ ਕੀ ਕੀਤਾ ਗਿਆ, ਸੋਸ਼ਲ ਮੀਡੀਆ 'ਤੇ ਕੁਝ ਪੇਜ ਬਣਾਏ ਗਏ, ਅਤੇ ਉਹੋ ਜਿਹਾ ਕੋਈ ਨਸ਼ੇੜੀ ਫੜਿਆ, ਉਹਦੇ ਕੋਲੋਂ ਕਹਾਵਤ ਆ ਮੈਨੂੰ ਤਾਂ ਅੰਮ੍ਰਿਤਪਾਲ ਨੇ ਨਸ਼ਾ ਛੁਡਾਇਆ, ਮੇਰੀ ਜ਼ਿੰਦਗੀ ਬਚਾਤੀ। ਇਹੋ ਜਿਹੀਆਂ ਵੀਡੀਓ ਵਾਇਰਲ ਕਰ ਕਰਕੇ ਲੋਕਾਂ 'ਤੇ ਪ੍ਰਭਾਵ ਪਾਇਆ ਗਿਆ। ਮੈਂ ਪਹਿਲਾਂ ਕਹਿੰਦਾ ਇੱਥੇ ਜਿਹੜੇ ਲੋਕ ਨੇ ਨਾ ਕੰਨਾਂ ਦੇ ਕੱਚੇ, ਅੱਖਾਂ ਤੋਂ ਅੰਨੇ। ਇੱਕ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ, ਕਹਿੰਦਾ ਜੀ ਇਹ ਸੰਸਾਰ ਦੇ ਵਿੱਚ ਬਹੁਤੇ ਲੋਕ ਅੰਨੇ ਹੈ। ਰਾਜਾ ਕਹਿੰਦਾ ਇਉਂ ਨਹੀਂ ਗੱਲ ਬਣਦੀ, ਮੈਨੂੰ ਕੋਈ ਸਬੂਤ ਦਿਓ। ਰਾਜਾ ਅਤੇ ਵਜ਼ੀਰ ਦਰਵਾਜ਼ੇ 'ਤੇ ਬੈਠ ਗਏ, ਜਿਹੜੀ ਸਾਣਨੀ ਹੁੰਦੀ ਕੱਢਦੇ ਹੁੰਦੇ ਆ ਰੱਸੇ ਵੱਟਣ ਵਾਸਤੇ, ਲਾਸਾਂ ਵੱਟਣ ਵਾਸਤੇ, ਉਹ ਕੱਢੀ ਜਾਂਦੇ ਨੇ ਦੋਨੇ, ਇੱਕ ਇੱਕ ਕਹਿ ਲਈਓ ਪੂਲੀ ਲੈ ਲਈ ਛਣ ਦੀ। ਇੱਕ ਆਇਆ ਕਹਿੰਦਾ ਜੀ ਕੀ ਕਰਦੇ ਹੋ? ਵਜ਼ੀਰ ਰਾਜੇ ਨੂੰ ਕਹਿੰਦਾ ਦੇਖ ਹੈ ਅੰਨਾ, ਇਹਨੂੰ ਚੰਗੀ ਤਰ੍ਹਾਂ ਪਤਾ ਵੀ ਆਪਾਂ ਸਣ ਕੱਢਦੇ ਹਾਂ। ਕਹਿੰਦਾ ਵਾਕਈ ਸਹੀ ਗੱਲ ਹੈ। ਦੂਜਾ ਫੇਰ ਆਇਆ, ਕਹਿੰਦਾ ਕੀ ਕਰਦੇ ਹੋ? ਕਹਿੰਦਾ ਇਹਨੂੰ ਵੀ ਲਿਖੋ ਅੰਨਾ। ਇੱਕ ਤੀਜਾ ਹੋਰ ਆਉਣ ਲੱਗਾ ਸੀ, ਰਾਜਾ ਕਹਿੰਦਾ ਇਹ ਵੀ ਇੰਨਾ ਹੀ ਹੈ, ਬਸ ਮੈਨੂੰ ਦੱਸਣ ਦੀ ਲੋੜ ਨਹੀਂ। ਜਾਣੀ ਕਿ ਸਾਡੇ ਪੰਜਾਬ ਦੇ ਲੋਕ ਕੰਨਾਂ ਦੇ ਕੱਚੇ, ਅੱਖਾਂ ਤੋਂ ਅੰਨੇ ਹੈਗੇ ਨੇ, ਅਤੇ ਇਹਨਾਂ ਨੂੰ ਬਸ ਬਹੁਤਾ ਹੋਰ ਨਾ ਕੁਝ ਕਹੋ, ਭੇਡਾਂ ਕਹਿ ਦਿਓ। ਅਤੇ ਜਿਹੜੀਆਂ ਭੇਡਾਂ ਨੇ ਨਾ, ਮੈਂ ਖੁਦ ਪ੍ਰਚਾਰਕ ਹਾਂ ਇੱਕ, ਮੈਨੂੰ ਦੁੱਖ ਲੱਗਦਾ ਜਦੋਂ ਇਹੋ ਜਿਹੇ ਸ਼ਬਦ ਵਰਤਣੇ ਪੈਂਦੇ ਆ ਕੋਈ ਸਾਡੇ ਕਥਾਵਾਚਕ ਨੇ, ਠੀਕ ਹੈ। ਇਹਨਾਂ ਦਾ ਮਤਲਬ ਇਹ ਹੈ ਬਸ ਵੀ ਜਿਹੜਾ ਪੰਥ ਹੈ ਨਾ ਉਹ ਸਾਡਾ ਹੀ ਹੈ। ਅਤੇ ਇੱਕ ਪਤਾ ਨਹੀਂ ਕਿੱਥੋਂ ਦਾ ਸੀ ਘੜਾਮਾ ਚੌਧਰੀ, ਕਹਿੰਦਾ ਜੇ ਐਤਕੀ ਸਿਮਰਿਤ ਮਾਨ ਨੂੰ ਹਰਾ ਤਾ, ਅਤੇ ਕਹਿੰਦੇ ਪੰਥ ਦਾ ਲਾਂਭਾ ਹੋਊ ਖੈਰੇ ਸਰ, ਪੰਥ ਲਾਹਣ ਤਾਂ ਪਾਊ। ਜਾਣੀ ਕਿ ਤੁਹਾਡਾ 20-30 ਬੰਦਿਆਂ ਦਾ ਪੰਥ ਹੈ, ਤੁਸੀਂ ਚੋਲੇ ਪਾ ਲਓ, ਸੁੱਖਾ ਰਗੜ ਰਗੜ ਕੇ ਭੰਗ ਘੋਲ ਘੋਲ ਕੇ ਪੀ ਜਾਓ, ਤੁਹਾਡਾ ਪੰਥ ਹੈ ਬਸ। ਅਤੇ ਜਿਹੜੇ ਸਕੂਲਾਂ ਦੇ ਵਿੱਚ ਵੱਡੇ ਵੱਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਸਮਾਜ ਨੂੰ ਕੋਈ ਯੋਗਦਾਨ ਹੈ, ਅਤੇ ਉਹਨਾਂ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ।
ਜਿੰਨਾ ਵੀ ਅਨਪੜ੍ਹ ਲਾਣਾ ਹੈ ਨਾ ਭੇਡਾਂ, ਉਹ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ। ਉਹ ਜ਼ਿਆਦਾ ਪਹਿਲਾਂ ਦੀਪ ਸਿੱਧੂ ਦੇ ਪਿੱਛੇ ਸੀ ਅਤੇ ਹੁਣ ਅੰਮ੍ਰਿਤਪਾਲ ਦੇ ਪਿੱਛੇ ਸੀ ਅਤੇ ਆਹ ਮਾਨਕਾ 'ਚ ਦੇ ਪਿੱਛੇ ਫਿਰਦੀਆਂ ਹੁੰਦੀਆਂ ਨੇ, ਬੁੱਢਾ ਸ਼ੇਰ ਫਲਾਨਾ ਸ਼ੇਰ। ਆ ਵੀਡੀਓ ਹੁਣ ਆਪਾਂ ਦੇਖੀਆਂ ਉਹਦੀਆਂ, ਮੈਂ ਆਂਡੇ ਵੀ ਛੱਕ ਲੈਂਦਾ, ਮੈਂ ਝਟਕਾ ਵੀ ਖਾ ਲੈਂਦਾ। ਜਾਣੀ ਕਿ ਜਿੰਨੀ ਬੇਵਕੂਫੀ ਹੈਗੀ ਹੈ ਇਹਨਾਂ ਲੋਕਾਂ ਦੇ ਵਿੱਚ ਹੈ, ਜਦੋਂ ਪੜ੍ਹਿਆ ਲਿਖਿਆ ਕੋਈ ਇਹਦੇ ਨਾਲ ਇਹਨਾਂ ਨਾਲ ਗੱਲ ਕਰਦਾ, ਫਿਰ ਜਾਂ ਤਾਂ ਇਹ ਗਾਲ ਕੱਢਣਗੇ ਕਮੈਂਟਾਂ ਦੇ ਵਿੱਚ। ਤੁਸੀਂ ਮੇਰੀ ਵੀਡੀਓ ਦੇਖ ਲਿਆ ਕਰੋ, ਤੂੰ ਕੁੜੀ ਦਾ ਰਿਸ਼ਤਾ ਕਰਦੀ, ਤੂੰ ਸ਼ਗਨ ਪਾ ਦੀ ਫਲਾਨ। ਜਾਣੀ ਕਿ ਇਹ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਹੈ, ਭਾਵੇਂ ਸੰਜਰ ਨੈਲ ਸਿੰਘ ਭਿੰਡਰਾਂ ਵਾਲੇ ਹੋਣ, ਭਾਵੇਂ ਦੀਪ ਸਿੱਧੂ ਹੋਵੇ, ਭਾਵੇਂ ਸਿਮਰਜੀਤ ਮਾਨ ਹੋਵੇ, ਭਾਵੇਂ ਅੰਮ੍ਰਿਤਪਾਲ ਹੈ, ਇਹ ਸਾਰੀਆਂ ਖੱਚਾਂ ਨੇ, ਕੋਈ ਲੈਣਾ ਦੇਣਾ ਨਹੀਂ ਸਿਧਾਂਤ ਦੇ ਨਾਲ ਇਹਨਾਂ ਦਾ। ਪਰ ਮੈਂ ਬੇਨਤੀ ਕਰਦਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਉੱਪਰ ਕਿਸੇ ਨੂੰ ਨਹੀਂ ਸਮਝਦੇ, ਕੋਈ ਮਰਜ਼ੀ ਹੋਵੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਜੀ ਤੁਸੀਂ ਕਹਿੰਦੇ ਹੋ ਨਾ, ਇਹ ਇਕੱਲਾ ਸ਼ਬਦ ਜਾਂ ਇਹ ਦੋਹਰਾ ਪੜ੍ਹ ਕੇ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹੀਏ ਅਤੇ ਪਾਵਨ ਬਾਣੀ ਤੋਂ ਉੱਪਰ ਕਿਸੇ ਨੂੰ ਨਾ ਮੰਨੀਏ ਤਾਂ ਅਸੀਂ ਸਿਧਾਂਤਾਂ ਦੇ ਨਾਲ ਖੜ੍ਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।